Dal prenderete. Porco paia. ਪਿੰਟੂ ਕਿੱਥੇ? ਪਿੰਟੂ ਕਿੱਥੇ ਆ? ਨਹੀਂ ਲੱਭਦਾ, ਕਿੱਥੇ ਗਿਆ? ਕਿੱਥੇ ਗਿਆ? ਹੈ ਨਹੀਂ ਆ? ਆਵਾਜ਼ ਦਿਓ ਮਿੱਠੂ, ਆਵਾਜ਼ ਮਾਰ, ਆਵਾਜ਼ ਦੇ ਉਹਨੂੰ, ਕਿੱਥੇ ਆ ਮਿੱਠੂ? ਕਿੱਥੇ ਆ? ਕਿੱਥੇ ਪਿੰਟੂ? ਉੱਥੇ ਨਹੀਂ ਹੈਗਾ ਹੁਣ? ਕਿੱਥੇ ਪਿੰਟੂ? ਪਿੰਟੂ ਕਿੱਥੇ ਗਿਆ ਵਾ? ਪੁੱਤ ਨਾ ਪੁੱਤ, ਕਿੱਥੇ ਮਿੱਠੂ? ਪਿੰਟੂ ਨੂੰ ਲੱਭਣ ਡਿਆ ਏ ਤੇ ਪਿੰਟੂ ਕਮਰੇ ਦੇ ਅੰਦਰ ਗਿਆ, ਕਮਰੇ ਦੇ ਵਿੱਚ ਵਾ। ਪਿੰਟੂ ਉਹ ਅੰਦਰ ਹੀ ਅੰਦਰ ਬੈਠਾ ਸੀ ਬੈੱਡ ਤੇ ਚੜ ਕੇ। ਕਿੱਥੇ ਪਿੰਟੂ ਭਾ? ਪਿੰਟੂ ਭਾ ਕਿੱਥੇ ਆ? ਆ ਗਿਆ ਪਿੰਟੂ।
ਅੰਦਰੋਂ ਫਿਰ ਤੁਰ ਕੇ ਤੇ ਆ ਗਏ। ਇਹ ਅੰਦਰੋਂ ਫਿਰ ਤੁਰ ਕੇ ਆਇਆ ਜੀ। ਆ ਗਿਆ, ਆਵਾਜ਼ਾਂ ਡਿਆ ਸੀ ਮਾਰਨ ਤੈਨੂੰ ਕਦੋਂ ਆਉਂਦੀਆਂ? ਪਿੰਟੂ ਨੂੰ ਕਦੋਂ ਆਉਂਦੀਆਂ ਆਵਾਜ਼ਾਂ ਮਾਰਨ? ਡਿਆ ਆ ਗਿਆ ਜੀ। ਤਾਂ ਪਰਦੇ ਵੱਲ ਵੇਖਣ ਡਿਆ ਸੀਗਾ ਤੇ ਉਹ ਅੰਦਰੋਂ ਆਇਆ, ਪਿਆਸ ਲੱਗੀ। ਪਿਆਸ ਲੱਗੀ ਤੇ ਫੇਰ ਆਇਆ ਜੀ। ਪਿੰਟੂ ਨੂੰ ਪਿਆਸ ਲੱਗੀ, ਲੜਾਈ ਥੋੜੀ ਕਰਨੀ ਹੈ। ਆ ਹੁਣ ਭੁੱਖ ਲੱਗੀ ਤੇ ਹੁਣ ਆਇਆ ਜੀ ਅੰਦਰੋਂ ਤੇ ਹੁਣ ਲੱਗ ਪਿਆ ਜੀ ਖਾਣ। ਤੇ 11 ਵੱਜ ਗਏ ਜੀ ਤੇ ਪਿੰਜਰੇ ਦੇ ਵਿੱਚ ਇਹਨਾਂ ਨੇ ਕਿਹੜੇ ਵੇਲੇ ਜਾਣਾ ਜੀ? ਹੈਂ, ਹੁਣ ਤੈਨੂੰ ਭੁੱਖ ਲੱਗ ਗਈ ਆ? ਬੋਲੋ ਮਿੱਠੂ, ਮੂੰਹ ਸਾਰਾ ਲਬੇੜ ਲੈਂਦਾ ਚੁੰਝ। ਉਹਦੇ ਮੂੰਹ ਚ ਕੱਢ ਕੇ ਲੈ ਗਿਆ ਜੀ। ਉਹ ਇੰਨੀ ਮਿਹਨਤ, ਆ ਵੇਖੋ ਉਹਦੇ ਮੂੰਹ ਵਿੱਚੋਂ ਕੱਢ ਕੇ ਤੇ ਲੈ ਆਇਆ ਜੀ, ਉੱਤੇ ਚੜ ਕੇ ਲੱਗ ਪਿਆ ਜੀ ਖਾਣ। ਇਹ ਕੰਮ ਕਰਦਾ ਜੀ। ਵਿਚਾਰਾ ਵਹਿੰਦਾ ਰਹਿ ਗਿਆ ਜੀ, ਉਹਦੇ ਮੂੰਹ ਚੋਂ ਕੱਢ ਕੇ ਤੇ ਲੈ ਗਿਆ ਜੀ। ਆ ਵੇਖੋ ਕਿੱਥੇ ਚਿੰਬੜਿਆ ਜੀ, ਆਪਣੇ ਅੰਦਰ ਜਾਣ ਡਿਆ ਸੀ, ਬਾਰੀ ਧੋਤੀ। ਆ ਵੇਖੋ ਕਿੱਥੇ ਲਮਕਿਆ ਜੀ, ਨਾ ਪੁੱਤ ਚੱਲ ਆ। ਚੱਲ ਆ ਬੜਾ ਤੰਗ ਕਰਦਾ, ਰਾਤ ਨੂੰ ਬਹਿੰਦਾ ਨਹੀਂ ਹੈਗਾ, ਕਦੀ ਅੰਦਰ ਕਦੀ ਬਾਹਰ ਕਦੀ। ਸੌਣ ਨਹੀਂ ਦਿੰਦਾ, ਕੰਬਲਾਂ ਦੇ ਵਿੱਚ ਵੜ ਜਾਂਦਾ। ਚਲੋ ਅੰਦਰ, ਚਲੋ ਵਿੱਚ ਪੁੱਤ, ਚਲੋ ਹੁਣ, ਚੱਲ ਮਿੱਠੂ, ਚਲੋ ਵੀ ਚੱਲਿਆ ਭਾ, ਚੱਲਿਆ ਵਿੱਚ, ਚਲੋ। ਅਜੇ ਕਿੱਥੇ ਵਿੱਚ ਜਾਣਾ ਲੱਗਦਾ ਨਹੀਂ ਹੈ। ਚਲ 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 ਪਿੰਜਰੇ, ਚਲ ਚਲੋ 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 ਚਲੋ, ਇਹ ਲੱਭਦਾ ਫਿਰਨ ਡਿਆ ਵੇਖੋ। ਚਲ ਉੱਤੇ ਚੜ ਕੇ ਬਹਿ ਗਏ ਕੰਬਲ ਦੇ।
ਚੱਲ ਪੁੱਤ ਵਿੱਚ ਵੜ। ਹੁਣ ਉਹ ਖਾਣ ਡਿਆ, ਹੁਣ ਉਹਦੇ ਮੂੰਹ ਚ ਲੱਗਾ ਹੀ ਕੱਢਣ, ਤੇ ਉਹ ਆਵੇ ਵੀ ਤੂੰ ਮੇਰੇ ਮੂੰਹ ਵਿੱਚੋਂ ਨਾ ਕੱਢ, ਤੇ ਜਿਹਦਾ ਤੂੰ ਕੱਢਦਾ ਨਾ ਉਹਦੇ ਮੂੰਹ ਚੋਂ। ਹੈਂ ਹੁਣ ਤੂੰ ਠੂੰਗੇ ਮਾਰਦਾ। ਲੜਾਈ ਨਹੀਂ ਕਰਨੀ ਹੈਗੀ, ਲੜਾਈ ਬੜੀ ਕਰਦੇ ਹੀ ਇੱਕ ਦੂਜੇ ਨੂੰ ਮੂੰਹ ਚੀਜ਼ ਖੋਂਦੇ ਨੇ, ਕਾਲ ਆਉਂਦੇ ਹੀ ਇੱਕ ਦੂਜੇ ਨੂੰ ਮਾਰਨ ਦੀ। ਮਾਰਦਾ ਵਾ, ਮਾਰਿਆ ਪਾ ਮਾਰਦਾ, ਤੂੰ ਕੁੱਟ ਖਾਣੀ ਆ। ਚੱਲ ਵਿੱਚ ਚੱਲੋ, ਚੱਲ ਆ ਜਾ ਪਿੰਟੂ, ਮਿੱਠੂ ਆ ਜਾ ਵਿੱਚ, ਚੱਲ ਆ ਜਾ ਆ ਜਾ, ਚੱਲ ਵਿੱਚ। ਕਿੰਨਾ ਟਾਈਮ ਹੋ ਗਿਆ ਵਾ, 11 ਵੱਜ ਗਏ। ਹੁਣ ਵੇਖੋ 11 ਵੱਜ ਗਏ ਰਾਤ ਦੇ, ਤੇ ਹੁਣ ਇਹਨੂੰ ਖਾਣ ਦਾ ਚੇਤਾ ਆਇਆ ਈ। ਪਿੰਟੂ ਨੇ ਵਿੜਕਾਂ ਲੈਣ ਡਿਆ ਵਾ ਵੀ ਆਵਾਜ਼ ਕਿੱਥੋਂ ਆਉਣ ਡਈ ਮੋਬਾਈਲ ਚੱਲਦੇ ਦੀ, ਤੇ ਵੇਖੋ ਕਿੱਦਾਂ ਇਹਨੇ ਧੌਣ ਕੱਸੀ, ਉਹ ਕਿੱਦਾਂ ਧਿਆਨ ਰੱਖਿਆ ਵਾ, ਕੰਨ ਕਿੱਧਰ ਕੀਤਾ ਵਾ, ਕਿੱਥੋਂ ਆਵਾਜ਼ ਆਉਂਦੀ ਆ, ਮੋਬਾਈਲ ਦੀ ਆਵਾਜ਼ ਕਿੱਥੋਂ ਆਉਂਦੀ ਆ, ਪਿੰਟੂ ਕਿੱਥੋਂ ਆਉਂਦੀ ਆਵਾਜ਼। ਉਹ ਵੀ ਲੜਾਕਾ, ਪਹਿਲਾਂ ਬੈਠਾ ਸੀ ਅਰਮਾਨ ਅੰਗੀਠੀ ਦੇ ਉੱਤੇ LED ਵਿੱਚ ਮਿੱਠੂ ਡਿਆ ਸੀ ਵੇਖਣ, ਤੇ ਹੁਣ ਸੌਣ ਦਾ ਟਾਈਮ ਹੋਇਆ ਤੇ ਹੁਣ ਇਹਨੂੰ ਖਾਣ ਦਾ ਚੇਤਾ ਆ ਗਿਆ। ਮਿੱਠੂ ਵੇ ਕੀ ਗੱਲ ਆ, ਜੇ ਸਾਡੇ ਮਿੱਠੂਆਂ ਦਾ ਵਲੌਗ ਵਧੀਆ ਲੱਗਾ ਤਾਂ
ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਅਤੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਆਏ ਆ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਕਿ ਜੋ ਆਉਣ ਵਾਲੀਆਂ ਵਲੌਗ ਸਾਡੇ ਮਿੱਠੂਆਂ ਦੇ ਤੁਹਾਡੇ ਤੱਕ ਪਹੁੰਚ ਸਕਣ।